ਏਸੀ ਦੀ ਵੀ ਪਤਾ ਕੀਤੀ ਹੈ, ਕੋਡ ਦਾ ਵੀ ਪਤਾ ਕੀਤਾ ਨਾ, ਸਾਰੀਆਂ ਗੱਡੀਆਂ ਦਾ ਪਤਾ ਕੀਤਾ, 7-8% ਇੰਟਰਸਟ ਰੇਟ ਕੀਤੇ ਹੋਏ ਨੇ, 9% ਵੀ ਹੈ ਕਿਤੇ ਕਿਤੇ, 9% ਵੀ ਹੈ, ਜਿਹਦਾ ਕ੍ਰੈਡਿਟ ਮਾੜਾ ਉਹ 10 ਵੀ ਟੱਪਿਆ ਹੈ। ਤੇ ਮੈਨੂੰ ਗੱਡੀ, ਚਲੋ ਇੰਟਰਸਟ ਦਾ ਵੀ ਆਪਾਂ ਕਹਿ ਲਈਏ ਵੀ ਚਲੋ ਕੋਈ ਨੀ, ਉਹ ਤੋਂ ਬਾਅਦ ਵੇਟਿੰਗ ਬਹੁਤ ਜ਼ਿਆਦਾ ਸੀ ਗੱਡੀ ਦੀ, ਨਵੀਂ ਸਿਵਿਕ ਦੀ ਵੇਟਿੰਗ ਅਰਾਊਂਡ ਉਹਨਾਂ ਮੈਨੂੰ ਕਿਹਾ ਸੀ 8 ਮਹੀਨੇ ਨਵੀਂ ਸਿਵਿਕ ਦੀ 0 ਮੀਟਰ। ਤੇ ਇੰਨੀ ਆਪਣਾ ਸਤਿਆਨ ਪਤਾ ਗੱਡੀ ਬਿਨਾਂ ਆਪਣਾ ਸਰਦਾ ਨਹੀਂ, ਸਹੀ ਗੱਲ, ਤਾਂ ਕਰਕੇ ਫਿਰ ਅਕੋਰਡ ਦਾ ਵੀ ਪਤਾ ਕੀਤਾ, ਸਾਰੀਆਂ ਮਿਲਦੀਆਂ ਵੀ ਮਹਿੰਗੀਆਂ ਸਨ, ਜੇ ਸੈਕਿੰਡ ਹੈਂਡ ਲੈਂਦੇ ਹਾਂ ਬਹੁਤ ਮਹਿੰਗੀਆਂ ਮਿਲਦੀਆਂ ਨੇ, ਨਵੀਂ ਤੋਂ ਵੀ ਮਹਿੰਗੀ ਮਿਲਦੀ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਜ ਕੀ ਜੋ ਵੀਡੀਓ ਹੈ ਵੋ ਵੀਡੀਓ ਹੋਗੀ ਯੂਜ਼ਡ ਕਾਰ ਪੇ। ਯੇ ਗਾੜੀ ਹਮਾਰੇ ਪਾਸ ਖੜੀ ਹੈ, ਮਾਜ਼ਦਾ 6 2010 ਕਾ ਮਾਡਲ ਹੈ, ਔਰ ਇਹ ਗਾੜੀ ਕੈਸ਼ ਲਈ ਹੈ ਮੇਰੇ ਭਾਈ ਨੇ, ਆਪਕੋ ਪਹਿਲਾਂ ਉਨਸੇ ਮਿਲਵਾ ਦੇ, ਮੇਰੇ ਦੋਸਤ ਜਗਦੀਪ ਸਿੰਘ ਢਿੱਲੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਸਾਰੇ ਠੀਕ ਠਾਕ ਹੋ? ਤੋ ਯੇ ਹਮਾਰੇ ਓਰੀਜਨਲ ਭਾਈ ਹੈ, ਹਰਿਆਣਾ ਸੇ ਹੈ ਯੇ ਵੀ, ਤੋ ਇਨਸੇ ਗਾੜੀ ਮੇਂ ਬੈਠ ਕੇ ਸਾਰੀ ਬਾਤ ਕਰੇਂਗੇ, ਕੈਸ਼ ਗਾੜੀਓ ਪੇ। ਇਹਨਾਂ ਪਹਿਲੇ ਵੀ ਇੱਕ ਗਾੜੀ ਰੱਖੀ ਤੀ, ਜੈਟਾ 2008 ਮਾਡਲ ਥਾ ਵੋ, ਤੋ ਵੋ ਵੀ ਇਹਨਾਂ ਗਾੜੀ 11 ਮਹੀਨੇ ਆਪਣੇ ਪਾਸ ਰੱਖੀ ਤੀ, ਔਰ ਉਸਕੇ ਬਾਅਦ ਇਹਨਾਂ ਨੇ ਅਬ ਯੇ ਗਾੜੀ ਲਈ ਹੈ 6000 ਕੀ, ਮਾਜ਼ਦਾ 6 2010 ਮਾਡਲ ਹੈ। ਅੱਜ ਕੱਲ੍ਹ ਕਿਆ ਪੁਰਾਣੀ ਗਾੜੀਓਂ ਕਾ ਜੋ ਰੇਟ ਹੈ ਉਹ ਬਹੁਤ ਜ਼ਿਆਦਾ ਬੜ ਗਿਆ ਹੈ, ਕਿਉਂਕਿ ਨਈ ਗਾੜੀਆਂ ਪਿੱਛੇ ਸੇ ਆ ਨਹੀਂ ਰਹੀ, ਸ਼ੋਰਟੇਜ ਬਹੁਤ ਜ਼ਿਆਦਾ ਹੋ ਰਹੀ, ਆਪਕੋ ਪਤਾ ਹੀ ਹੈ ਵੋ ਗਲੋਬਲ ਚਿਪ ਕਾ ਪੰਗਾ ਚੱਲ ਰਿਹਾ, ਤੋ ਉਸ ਵਜ੍ਹਾ ਸੇ ਨਈ ਗਾੜੀਆਂ ਜੋ ਹੈ ਉਸਮੇ ਬਹੁਤ ਵੇਟਿੰਗ ਆ ਰਹੀ ਹੈ, 6 ਮਹੀਨੇ ਕੀ 8 ਮਹੀਨੇ ਕੀ, ਹੈ ਨਾ। ਤੋ ਯੇ ਵਕਤ ਐਸਾ ਕਿ ਲੋਕ ਬਹੁਤ ਜ਼ਿਆਦਾ ਕਨਫਿਊਜ਼ ਹੈ, ਕੋਈ ਨਾ ਕੋਈ ਫੋਨ ਕਰਤੇ ਰਹਿਤਾ ਹੈ ਜੋ ਨਏ ਬੱਚੇ ਆ ਰਹੇ ਹੈ ਨਾ, ਜਾਂ ਜਿਨਕੋ ਆਏ ਥੋੜ੍ਹਾ ਟਾਈਮ ਹੋ ਗਿਆ, ਤੋ ਵੋ ਫੋਨ ਕਰਤੇ ਹੈ ਜਾਂ ਵੈਸੇ ਕਰਕੇ ਪੁੱਛਦੇ ਹੈ ਕਿ ਯਾਰ ਗਾੜੀ ਲੈਣੀ ਹੈ, ਗਾੜੀ ਕੈਸ਼ ਪੇ ਲੇ ਜਾਂ ਯੂਜ਼ਡ ਕਾਰ ਲੇ ਜਾਂ ਨਈ ਗਾੜੀ ਲੇ, ਅਬ ਨਈ ਮੇਂ ਵੇਟਿੰਗ ਕਾ ਚੱਕਰ ਆ ਰਿਹਾ ਹੈ 6 ਮਹੀਨੇ 8 ਮਹੀਨੇ ਕਾ, ਯੂਜ਼ਡ ਕਾਰ ਕੇ ਰੇਟ ਵੈਸੇ ਬਹੁਤ ਜ਼ਿਆਦਾ ਬੜ ਗਏ ਹੈ, ਤੋ ਯੂਜ਼ਡ ਔਰ ਨਈ ਮੇਂ ਕੋਈ ਫਰਕ ਨਹੀਂ ਰਹਿ ਗਿਆ, ਤੋ ਲੋਕ ਫਿਰ ਜਾ ਰਹੇ ਹੈ ਕੈਸ਼ ਗਾੜੀਓਂ ਪੇ ਨਾ, ਤੋ ਇਹ ਟੋਪਿਕ ਬਹੁਤ ਜ਼ਿਆਦਾ ਟ੍ਰੈਂਡਿੰਗ ਮੇਂ ਚੱਲ ਰਿਹਾ ਅਭੀ ਰਾਈਟ ਨਾਓ, ਤੋ ਆਪਕੋ ਪੂਰਾ ਓਵਰਵਿਊ ਦੇਂਗੇ ਇਸ ਗਾੜੀ ਕਾ, ਔਰ ਕੈਸ਼ ਗਾੜੀਓਂ ਕੇ ਬਾਰੇ ਮੇਂ ਸਭ ਕੁਝ ਬਤਾਏਂਗੇ ਆਪਕੋ, ਕੈਸ਼ ਯੂਜ਼ ਨਈ, ਕੌਨ ਸੀ ਗਾੜੀ ਆਪਕੋ ਲੈਣੀ ਚਾਹੀਏ, ਕੌਨ ਸੀ ਗਾੜੀ ਆਪਕੇ ਲੀਏ ਜੋ ਹੈ ਬੈਟਰ ਹੋਗੀ। ਤੋ ਗਾੜੀ ਮੇਂ ਬੈਠਤੇ ਹੈ ਔਰ ਜਗਦੀਪ ਭਾਈ ਸੇ ਪੁੱਛਤੇ ਹੈ ਗਾੜੀ ਕੇ ਬਾਰੇ ਮੇਂ ਸਭ ਕੁਝ, ਉਸਸੇ ਪਹਿਲੇ ਮੈਂ ਗਾੜੀ ਕਾ ਆਪਕੋ ਬਾਹਰ ਸੇ ਸਾਰਾ ਓਵਰਵਿਊ ਦੇ ਦੇਤਾ ਹੂੰ, ਔਰ ਦਿਖਾ ਦੂੰ ਗਾੜੀ ਆਪਕੋ ਸਾਰੀ ਬਾਹਰ ਸੇ ਐਕਸਟੀਰੀਅਰ ਫਰੰਟ ਬੈਕ, ਔਰ ਫਿਰ ਅੰਦਰ ਬੈਠ ਕੇ ਆਪਕੋ ਦਿਖਾਏਂਗੇ ਇੰਟੀਰੀਅਰ ਗਾੜੀ ਕਾ, ਔਰ ਸਾਰੀ ਬਾਤ ਕਰੇਂਗੇ ਕਿ ਕੈਸ਼ ਗਾੜੀਆਂ ਲੇ ਜਾਂ ਯੂਜ਼ ਗਾੜੀ ਲੇ ਜਾਂ ਨਈ ਗਾੜੀ ਲੇ। ਤੋ ਮੇਕ ਸ਼ੋਰ ਆ ਵੀਡੀਓ ਕਰਨ ਤੱਕ ਦੇਖੇਂ, ਯੇ ਵੀਡੀਓ ਆ ਸਭ ਕੇ ਬਹੁਤ ਕੰਮ ਆਏਗੀ, ਤੋ ਚਲੇ ਆਪਕੋ ਮੈਂ ਗਾੜੀ ਦਿਖਾਤਾ ਹੂੰ। ਆਹ ਗੱਡੀ ਦਾ ਫਰੰਟ ਹੈ ਜੀ, 2010 ਮਾਡਲ ਗੱਡੀ ਹੈ, ਅਤੇ 6000 ਦੀ ਲਈ ਸੀ, ਮਾਜ਼ਦਾ 6 ਮਾਡਲ ਹੈ। ਆਹ ਗੱਡੀ ਦੇ ਹੈੱਡਲਾਈਟਸ ਨੇ ਤੁਸੀਂ ਦੇਖ ਲਓ, ਅਤੇ ਆਹ ਆਪਣਾ ਲੋਗੋ ਆ ਗਿਆ ਮਾਜ਼ਦਾ ਦਾ, ਆਹ ਗੱਡੀ ਦੇ ਟਾਇਰ ਨੇ R17 ਸਾਈਜ਼ ਪਿਆ ਹੋਇਆ ਰਿਮ ਦਾ, ਅਤੇ ਆਹ ਤੁਸੀਂ ਦੇਖ ਲਓ ਗੱਡੀ ਦੀ ਸਾਈਡ ਪ੍ਰੋਫਾਈਲ, ਥੋੜ੍ਹੀ ਜਿਹੀ ਸਾਨੂੰ ਇੱਥੇ ਸੈੱਟ ਕਰਨ ਦੀ ਲੋੜ ਆ, ਬਾਕੀ ਗੱਡੀ ਸਾਰੀ ਸਾਡੀ ਓਕੇ ਆ। ਦੇਖਦੇ ਹਾਂ ਗੱਡੀ ਦੀ ਬੈਕ ਪ੍ਰੋਫਾਈਲ, ਅਤੇ ਪਿੱਛੋਂ ਤੁਸੀਂ ਦੇਖ ਲਓ, ਤੁਹਾਨੂੰ ਮੈਂ ਪੂਰਾ ਵਾਈਡ ਐਂਗਲ ਦੇ ਦਿੰਦਾ, ਪਿੱਛੋਂ ਗੱਡੀ ਲੋਕ ਥੋੜ੍ਹੀ ਐਵੇਂ ਆਉਂਦੀ ਹੈ, ਮਾਜ਼ਦਾ 6 ਦਾ ਇਹ ਮਾਡਲ ਹੈ, ਇੱਥੇ ਮਾਜ਼ਦਾ 6 ਤੁਹਾਨੂੰ ਰੈਡਿੰਗ ਦਿਖ ਜੂਗੀ, ਅਤੇ ਇੱਥੇ ਫਿਰ ਮਾਜ਼ਦਾ ਦਾ ਲੋਗੋ ਆ ਗਿਆ। ਆਹ ਗੱਡੀ ਦੀ ਬੈਕ ਹੈੱਡਲਾਈਟ ਹੈ, ਅਤੇ ਆਹ ਸਾਈਡ ਤੋਂ ਤੁਸੀਂ ਇੱਕ ਵਾਰੀ ਫਿਰ ਦੇਖ ਲਓ, ਚਲੋ ਚੱਲਦੇ ਹਾਂ ਗੱਡੀ ਦੇ ਅੰਦਰ, ਅਤੇ ਗੱਡੀ 'ਚ ਬਹਿ ਕੇ ਜਗਦੀਪ ਭਾਈ ਨਾਲ ਗੱਲਾਂ ਕਰਦੇ ਹਾਂ ਅਤੇ ਪੁੱਛਦੇ ਹਾਂ ਗੱਡੀ ਬਾਰੇ। ਤੁਹਾਨੂੰ ਜਗਦੀਪ ਬਾਈ ਨਾਲ ਮਿਲਾਤਾ ਪਹਿਲਾਂ ਹੀ, ਅਤੇ ਹੁਣ ਬਾਈ ਨਾਲ ਪੁੱਛਦੇ ਹਾਂ ਅਤੇ ਗੱਡੀ ਕਿੱਥੋਂ ਲਈ ਸੀ ਬਾਈ ਨੇ, ਹੈ ਨਾ, ਅਤੇ ਗੱਡੀ ਲਈ ਕਿੱਥੋਂ ਸੀ ਵੀਰੇ ਆਪਾਂ? ਬਾਈ ਗੱਡੀ ਮੈਂ ਮਾਰਕੀਟ ਪਲੇਸ ਤੋਂ ਲਈ ਸੀ। ਅੱਛਾ। ਮੇਰਾ ਫਰੈਂਡ ਹੀ ਹੈ ਅਤੇ ਉਹਨੇ ਦੇਖੀ ਸੀ ਐਡ, ਉਹਨੂੰ ਪਤਾ ਸੀ ਵੀ ਗੱਡੀ ਮੈਂ ਵੇਖਣ ਦਿਆਂ, ਅਤੇ ਉਹਨੇ ਮੈਨੂੰ ਰਿਕਮੈਂਡ ਕੀਤੀ ਸੀ ਵੀ ਆਹ ਗੱਡੀ ਲੈਣ ਵਾਲੀ ਹੈ, ਅਤੇ ਆਹ ਗੱਡੀ ਆਪਾਂ ਲੈ ਕੇ ਆਉਂਦੇ ਹਾਂ। ਅੱਛਾ ਅੱਛਾ। ਤੋ ਆਪਕੇ ਦੋਸਤ ਨੇ ਮਤਲਬ ਆਪਕੋ ਇਹ ਗਾੜੀ ਮਾਰਕੀਟ ਪਲੇਸ ਸੇ ਦਿਲਵਾਈ ਸੀ, ਰਾਈਟ? ਹਾਂਜੀ ਹਾਂਜੀ। ਠੀਕ ਹੈ, ਤੋ ਇਸ ਗਾੜੀ ਕਾ ਪ੍ਰਾਈਸ ਕਿੰਨਾ ਥਾ ਉਸ ਟਾਈਮ ਜੋ ਆਪਨੇ ਲਈ? ਇਹ ਬਾਈ ਮੈਨੂੰ 5500 ਦੀ ਪੈ ਗਈ ਸੀ ਗੱਡੀ, ਬਾਕੀ ਲਿਆਉਣ ਤੋਂ ਬਾਅਦ ਮਾੜਾ ਮੋਟਾ ਤਾਂ ਬ੍ਰੇਕਾਂ ਬਰੂਕਾਂ ਜਿਵੇਂ ਨੋਰਮਲੀ ਪੁਰਾਣੀ ਗੱਡੀ ਦੀਆਂ ਪੈਂਦੀਆਂ ਨੇ, ਤੇ ਬ੍ਰੇਕਾਂ ਬਰੂਕਾਂ ਪਾਈਆਂ ਹਨ, ਤੇ 300-400 ਮੇਰੇ ਉਹਦੇ ਮਤਲਬ ਕਿ 6000 ਚ ਮੈਨੂੰ ਪੈ ਗਈ ਸੀ ਸਾਰਾ ਪੇਪਰ ਵਰਕ ਡਨ ਕਰਕੇ। ਤੋ 6000 ਮੇਂ ਗਾੜੀ ਆਪਕੋ ਸਾਰੀ ਪੜ ਗਈ ਸੀ? ਹਾਂਜੀ, ਵਿਦ ਪੇਪਰ ਵਰਕ, ਔਰ ਆਪਨੇ ਬ੍ਰੇਕ ਵੀ ਡਲਵਾਈ ਇਸ ਮੇਰਾ। ਹਾਂਜੀ ਹਾਂਜੀ ਹਾਂਜੀ। ਤੋ ਅਗਰ ਅਭੀ ਰਾਈਟ ਨਾਓ ਆਪ ਇਸਕੋ ਸੇਲ ਕਰੋ, ਤੋ ਕਿਆ ਆਪਕੋ ਇਸਕਾ ਪ੍ਰਾਈਸ ਮਿਲ ਰਿਹਾ ਹੈ? ਪ੍ਰਾਈਸ
ਜੇ ਮੈਂ ਸੱਚ ਦੱਸਾਂ ਤਾਂ ਮੈਨੂੰ ਮਾਰਕੀਟ ਦੇ ਹਿਸਾਬ ਨਾਲ ਗੱਡੀ ਨਾ 2000 ਸਸਤੀ ਮਿਲ ਗਈ ਸੀ। ਅੱਛਾ, ਜਿਵੇਂ ਮਾਰਕੀਟ ਦੇ ਵਿੱਚ ਇਸ ਟਾਈਮ ਦਾ ਪ੍ਰਾਈਸ ਵੇਖੀ ਤੇ ਅਰਾਊਂਡ 8000 ਹੈ ਵੀ, ਮੇਰੀ ਵੇਖਦੀ ਵੀ ਸੀ 8000 ਦੀ, ਅਗਲੇ ਦਿਨ ਹੀ ਗੱਡੀ ਵੇਖਦੀ ਸੀ। ਅੱਛਾ, ਉਹ ਜਿੰਨੇ ਦਵਾਈ ਸੀ ਉਹ ਫਰੈਂਡ ਹੀ ਕਹਿੰਦਾ ਸੀ ਵੀ ਗੱਡੀ ਵੇਖ ਲੈ, ਵੇਖਦੀ ਆ ਜੇ ਵੇਚਣੀ ਆ। ਅੱਛਾ ਅੱਛਾ, ਮੈਂ ਕਿਹਾ ਯਾਰ ਹੁਣ ਮਸਾਂ ਤੇ ਲੱਭੀ ਹੈ ਨਾ ਵੀ 20000 ਤੋਂ ਪਿੱਛੇ ਦੁਬਾਰਾ ਵੇਚ ਕੇ ਹੁਣ ਫਿਰ ਲੈਂਦੇ ਫਿਰੀਏ, ਫਿਰ ਲੱਭਦੇ ਫਿਰਾਂਗੇ ਕਿ ਵੀ ਤਾਂ ਅਗਲੀ ਗੱਡੀ ਕਿਵੇਂ ਦੀ ਮਿਲਣੀ। ਗੱਡੀ ਤੇ ਮੇਰਾ ਦਿਲ ਵੀ ਆਇਆ ਸੀ, ਮੈਨੂੰ ਵਧੀਆ ਲੱਗੀ ਗੱਡੀ ਤੇ ਮੈਂ ਕਿਹਾ ਚੱਲ ਯਾਰ ਚੱਲੀ ਹੁੰਦੀ ਕੀ ਹੋਣਾ, ਬਸ ਚਲਾਈ ਹੁੰਦੇ ਆ। ਗੱਡੀ ਆਪਾਂ ਕਿੰਨੀ ਚਲੀ ਲਈ ਸੀ? ਇਹ 1,23,000 ਚੱਲੀ ਸੀ। ਤੇ 1,31,000 ਹੁਣ ਚੱਲ ਗਈ ਹੈ। ਹਾਂ, ਤੁਸੀਂ 8000 ਚਲਾਤੀ? 8000 ਚਲਾਤੀ ਅਰਾਊਂਡ 1.5 ਮਹੀਨੇ 'ਚ। ਅਤੇ ਭਾਅ ਜੀ ਯਾਰ, ਕਈ ਬੰਦੇ ਕਹਿੰਦੇ ਆ ਕੈਸ਼ ਗੱਡੀ 'ਚ ਦਿੱਕਤਾਂ ਬੜੀ ਆ ਜਾਂਦੀਆਂ, ਦੂਜੇ ਦਿਨ ਹੀ ਮਿਸਰੋ ਖੜ ਬੰਦਾ ਚਲਾ ਜਾਂਦਾ, ਇਹ ਹੈ ਵੋ ਹੈ ਉਹ, ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ ਇਸ ਕੈਸ਼ ਗੱਡੀ ਨਾਲ? ਵੀ ਗੱਲ ਤਾਂ ਸੱਚੀ ਵੀ ਦਿੱਕਤਾਂ ਤਾਂ ਆ ਵੀ ਜਾਂਦੀਆਂ ਨੇ, ਐਸੀ ਨਹੀਂ ਗੱਲ, ਡਿਪੈਂਡ ਕਰਦਾ ਚੱਲਣ ਨੂੰ ਚੱਲੀ ਵੀ ਆਵੇ, ਚੱਲ ਦਿੱਕਤ ਦੇਣੀ ਹੈ ਦੇ ਵੀ ਦੇਣੀ ਹੈ ਗੱਡੀ ਨੂੰ। ਹੁਣ ਮੇਰੇ ਕੋਲ ਇੱਦੋਂ ਪਹਿਲਾਂ ਜੈਟਾ ਸੀ, ਉਹ ਮੈਂ ਸਾਲ ਕੀ ਅਰਾਊਂਡ 11 ਮਹੀਨੇ ਚਲਾਈ ਮੈਂ ਗੱਡੀ, ਉਹਨੇ ਉਹਦੇ 'ਤੇ ਮੈਂ ਰੁਪਈਏ ਲਾਏ ਉੱਤੇ, $1,000 ਮੈਂ ਸਾਲ ਦੇ ਵਿੱਚ ਉਹ ਗੱਡੀ 'ਤੇ ਲਾ ਦਿੱਤਾ ਸੀ। ਪੁਰਾਣੀ ਗੱਡੀ ਤਾਂ ਇਹ ਹੈ ਵੀ ਕਿਉਂਕਿ 10-12 ਸਾਲ ਪੁਰਾਣੀ ਗੱਡੀ, ਓਬਵੀਅਸ ਜੀ ਗੱਲ, ਉੱਤੇ ਪੈਸੇ ਉਹਦੇ ਲੱਗਣਗੇ ਲੱਗਣ, ਅਤੇ ਉਹ ਮਾੜੇ ਮੋਟੇ ਉਹ ਤਾਂ ਫਿਰ ਲੱਗਣੇ ਹੀ ਲੱਗਣੇ ਨੇ, ਜਿਹੜੀ ਮਰਜ਼ੀ ਲੈ ਲਓ ਤੁਸੀਂ। ਉਹ ਜੈਟਾ ਤੁਸੀਂ ਕਿਹੜਾ ਮਾਡਲ ਲਿਆ ਸੀਗਾ? ਉਹ 2008 ਮਾਡਲ ਸੀ। ਅਤੇ ਉਹ ਕਿੰਨੀ ਚੱਲੀ ਸੀ? ਉਹ ਅਰਾਊਂਡ 2,00,000 ਚੱਲੀ ਸੀ। ਅਤੇ ਤੁਸੀਂ ਦੇਖੀ ਆਪਣੇ ਕੋਲ 11 ਮਹੀਨੇ ਆ ਨਾ? 11 ਮਹੀਨੇ ਚਲਾਈ ਆ। ਤੋ 11 ਮਹੀਨੇ ਮੈਂ ਚਲਾਈ ਕਿਤਨੀ ਆਪਣੇ ਉਸਕੋ? ਮੈਂ 50,000 ਚਲਾਤੀ ਸੀ 11 ਮਹੀਨਿਆਂ ਦੇ ਵਿੱਚ। 50,000 ਚਲਾਤੀ ਸੀ? ਹਾਂ ਹਾਂ, 50,000 ਚਲਾਤੀ। ਓਕੇ, ਅਤੇ ਫਿਰ ਉਹ ਵੀ ਕੀ ਕਿੰਨੇ ਦੀ? ਉਹ ਯਾਰ ਮੈਂ ਉਦੋਂ ਜਦੋਂ ਮੈਂ ਲਈ ਸੀ ਨਾ, ਉਹ ਮਾਰਕੀਟ ਉਦੋਂ ਐਡੀ ਡਾਊਨ ਸੀ, ਐਡੀ ਮਾਰਕੀਟ ਹਾਈ ਨਹੀਂ ਸੀ, ਉਹ ਮੈਂ 2400 ਦੀ ਲਈ ਸੀ ਮੈਂ, ਉਹ ਡੀਲਰ ਤੋਂ ਹੀ ਲਈ ਸੀ ਕਿਸੇ ਤੋਂ, ਅਤੇ ਉਹ ਮੈਂ 11 ਮਹੀਨੇ ਚਲਾ ਕੇ ਮੈਂ 3,000 ਦੀ ਵੇਚਤੀ ਸੀ, ਕਿਉਂਕਿ ਜਦੋਂ ਵੇਚੀ ਹੈ ਉਦੋਂ ਮਾਰਕੀਟ ਬਹੁਤ ਜ਼ਿਆਦਾ ਹਾਈ ਸੀ, ਪੁਰਾਣੀਆਂ ਗੱਡੀਆਂ ਮਿਲਦੀਆਂ ਹੀ ਨਹੀਂ ਸਨ, ਤਾਂ ਕਰਕੇ ਥੋੜ੍ਹੀ ਮਾਰਕੀਟ ਬਹੁਤ ਹਾਈ ਸੀ। ਮਤਲਬ 2400 ਦੀ ਗੱਡੀ ਲਈ ਸੀ, $1,000 ਉੱਤੇ ਲਾਤਾ 2400। ਹਾਂ, ਅਤੇ ਸਾਲ ਚਲਾ ਕੇ ਵੀ 3,000 ਦੀ ਵੇਚਤੀ। 3,000 ਦੀ ਵੇਚਤੀ ਸੀ। ਗਾਇਸ ਸੋਰੀ, ਮੇਰੀ ਹਿੰਦੀ ਪੰਜਾਬੀ ਮਿਕਸ ਹੋ ਰਹੀ ਹੈ ਕਿਉਂਕਿ ਬਾਈ ਸੇ ਥੋੜ੍ਹਾ ਸਮਝ ਨਹੀਂ ਆ ਰਿਹਾ ਹਿੰਦੀ ਬੋਲੂੰ ਜਾਂ ਪੰਜਾਬੀ ਬੋਲੂੰ। ਤੋ ਅੱਛਾ, ਤੋ 3400 ਦੀ ਲੈ ਕੇ ਸਾਲ ਚਲਾ ਕੇ 3,000 ਦੀ ਵੇਚਤੀ। ਹਾਂ, ਅਤੇ ਖਰਚਾ ਲੱਗਿਆ ਉੱਤੇ? ਉੱਤੇ ਖਰਚਾ ਯਾਰ ਓਬਵੀਅਸ ਜੀ ਗੱਲ ਹੈ ਨਾ, ਪੁਰਾਣੀ ਗੱਡੀ 2008 ਮਾਡਲ ਸੀ, ਬ੍ਰੇਕਾਂ ਪਈਆਂ ਹਨ, ਇੱਕ ਦੋ ਵਾਰੀ ਉਹਦਾ ਬੈਰਿੰਗ ਵੀ ਟੁੱਟ ਗਿਆ ਸੀ, ਅਗਲੇ ਟਾਇਰ ਦਾ ਨਾ ਬੈਰਿੰਗ ਟੁੱਟ ਗਿਆ ਸੀ, $300-400 ਉਹਦੇ 'ਤੇ ਵੀ ਲੱਗਾ ਸੀ, ਬ੍ਰੇਕਾਂ 'ਤੇ ਲੱਗੇ ਹਨ ਪੈਸੇ, ਮਾੜੇ ਮੋਟੇ ਚੀਜ਼ਾਂ 'ਤੇ ਤਾਂ ਨੋਰਮਲ ਲੱਗਦੇ ਹੀ ਲੱਗਦੇ ਨੇ, ਪੁਰਾਣੀ ਗੱਡੀ ਲੈ ਲਓ ਲੱਗਣਗੇ ਲੱਗਣਗੇ। ਬਿਲਕੁਲ ਬਿਲਕੁਲ, ਪਰ ਆਹ ਤੁਹਾਡੀ ਗੱਡੀ ਚੱਲ ਰਹੀ ਹੈ ਵਧੀਆ? ਬਿਲਕੁਲ, ਇਹ ਵਧੀਆ 2 ਮਹੀਨੇ ਹੋ ਗਏ ਨੇ ਇਹਨੂੰ ਵਧੀਆ ਚੱਲ ਰਹੀ, ਕਿਉਂਕਿ ਗੱਡੀ ਇਹ ਜਿੰਨੇ ਵੀ ਚਲਾਈ ਹੈ ਨਾ ਬੜੀ ਸਾਂਭ ਕੇ, ਗੱਡੀ ਚਲਾਈ ਨਹੀਂ 10 ਸਾਲਾਂ ਦੇ ਵਿੱਚ 1,23,000 ਚੱਲੀ, ਬਹੁਤ ਘੱਟ ਹੈ ਗੱਡੀ, ਜਿੰਨੀ 1,23,000 ਚੱਲੀ 10-12 ਸਾਲਾਂ 'ਚ, ਇੰਨੀ ਮੈਂ ਜੇ ਮੇਰੇ ਕੋਲ ਰਹਿ ਗਈ ਮੈਂ 2.5-3 ਸਾਲਾਂ 'ਚ ਚਲਾ ਦੇਣੀ ਹੈ। ਆਹੋ, ਸਹੀ ਗੱਲ ਹੈ, ਬਿਲਕੁਲ ਬਿਲਕੁਲ। ਤੋ ਮਤਲਬ ਬੰਦਾ ਜੋ ਗਾੜੀ ਲੈਣੀ ਦੀ ਸੋਚ ਰਿਹਾ ਨਾ, ਉਹ ਇਸ ਟਾਈਮ ਸਾਰੇ ਬੜੇ ਪਰੇਸ਼ਾਨ ਨੇ, ਨਵੀਂ ਗੱਡੀ 8 ਮਹੀਨੇ ਵੇਟਿੰਗ ਆ ਰਹੀ ਹੈ, ਜਿਹੜੀ ਯੂਜ਼ਡ ਗੱਡੀਆਂ ਨੇ ਨਾ ਵਧੀਆ, ਮਤਲਬ 15-20 ਹਜ਼ਾਰ ਵਾਲੀਆਂ, ਉਹਨਾਂ ਰੇਟ ਚੱਕੇ ਹੋਏ ਨਵੀਂ ਦੇ ਬਰਾਬਰ 'ਚ, ਬਰਾਬਰ ਬੰਦਾ ਕਹਿੰਦਾ ਵੀ ਯਾਰ ਉਹਨੇ 'ਚ ਮੈਂ ਨਵੀਂ ਲੈ ਲਵਾਂ, ਉਹਨੇ 'ਚ ਮੈਂ ਲੱਖ 'ਚ ਲਵਾਂ, ਹੈ ਨਾ, ਬੰਦਾ ਆਪਦੇ ਆਪ ਨੂੰ ਬੇਵਕੂ ਫੀਲ ਕਰਦਾ। ਅਤੇ ਫਿਰ ਆਉਂਦੇ ਲੋਕ ਕੈਸ਼ ਗੱਡੀਆਂ 'ਤੇ ਜੋ ਮਿਲ ਨਹੀਂ ਰਹੀਆਂ, ਅਤੇ ਤੁਸੀਂ ਹੁਣ ਕੀ ਮਤਲਬ ਆਪਦੇ ਐਕਸਪੀਰੀਅੰਸ ਤੋਂ ਸਲਾਹ ਦਿਓਗੇ ਵੀ ਕੈਸ਼ ਗੱਡੀ ਲੈਣ 'ਚ ਫਾਇਦਾ ਹੈਗਾ ਜਾਂ ਨਹੀਂ ਗਾ? ਯਾਰ ਮੈਂ ਤੈਨੂੰ ਦੱਸਾਂ, ਮੈਂ ਜੈਟਾ ਵੇਚੀ ਹੀ ਇਸ ਕਰਕੇ ਸੀ ਵੀ ਮੈਂ ਨਵੀਂ ਗੱਡੀ ਲੈਣੀ ਹੈ, ਕਿਉਂਕਿ ਮੈਂ ਅੱਕ ਗਿਆ ਹਾਂ, ਸੱਚੀ ਦੱਸਾਂ ਵੀ ਮੇਰੇ ਗੱਡੀ ਪੈਸੇ ਲਵਾਈ ਆਉਣ ਦੀ ਉੱਤੇ ਨਾ, ਅਤੇ 2.5 ਲੱਖ ਚੱਲ ਗਈ ਸੀ, ਮੈਨੂੰ ਉਮੀਦ ਨਹੀਂ ਸੀ ਵੀ ਚੱਲ ਜਾਏਗੀ, ਪਰ 2.5 ਲੱਖ ਚੱਲ ਗਈ, ਅਗਾਂ ਵੀ ਇਹ ਸੀ ਮੈਨੂੰ ਹੋਰ ਪੈਸੇ ਨਾ ਗੱਡੀ ਲਵਾਵੇ, ਮੈਂ ਇਹਨੂੰ ਵੇਚ ਕੇ ਤਾਂ ਮੈਂ ਵਧੀਆ ਨਵੀਂ ਗੱਡੀ ਲੈ ਲੈਣਾ। ਪਰ ਜਦੋਂ ਮੈਂ ਮਾਰਕੀਟ ਦੇ ਵਿੱਚ ਗਿਆ ਗੱਡੀ ਲੱਭਣ, ਸਿਵਿਕ ਵੀ ਪਤਾ ਕੀਤੀ, ਅਕੋਰਡ ਦਾ ਵੀ ਪਤਾ ਕੀਤਾ ਨਾ, ਸਾਰੀਆਂ ਗੱਡੀਆਂ ਦਾ ਪਤਾ ਕੀਤਾ, 7-8% ਇੰਟਰਸਟ ਰੇਟ ਕੀਤੇ ਹੋਏ ਨੇ, 9% ਵੀ ਹੈ ਕਿਤੇ ਕਿਤੇ, 9% ਵੀ ਹੈ, ਜਿਹਦਾ ਕ੍ਰੈਡਿਟ ਮਾੜਾ ਉਹ 10 ਵੀ ਟੱਪਿਆ ਹੈ, ਅਤੇ ਮੈਨੂੰ ਗੱਡੀ ਚਲੋ ਇੰਟਰਸਟ ਦਾ ਵੀ ਆਪਾਂ ਕਹਿ ਲਈਏ ਵੀ ਚਲੋ ਕੋਈ ਨਹੀਂ, ਉਹ ਤੋਂ ਬਾਅਦ ਵੇਟਿੰਗ ਬਹੁਤ ਜ਼ਿਆਦਾ ਸੀ ਗੱਡੀ ਦੀ, ਨਵੀਂ ਸਿਵਿਕ ਦੀ ਵੇਟਿੰਗ ਅਰਾਊਂਡ ਉਹਨਾਂ ਮੈਨੂੰ ਕਿਹਾ ਸੀ 8 ਮਹੀਨੇ ਨਵੀਂ ਸਿਵਿਕ ਦੀ 0 ਮੀਟਰ, ਅਤੇ ਇੰਨੀ ਆਪਣਾ ਸਤਿਆਂ ਨੂੰ ਪਤਾ ਗੱਡੀ ਵੀ ਨਾ ਆਪਣਾ ਸਰਦਾ ਨਹੀਂ, ਸਹੀ ਗੱਲ, ਤਾਂ ਕਰਕੇ ਫਿਰ ਅਕੋਰਡ ਦਾ ਵੀ ਪਤਾ ਕੀਤਾ, ਸਾਰੀਆਂ ਮਿਲਦੀਆਂ ਵੀ ਮਹਿੰਗੀਆਂ ਸਨ, ਜੇ ਸੈਕਿੰਡ ਹੈਂਡ ਲੈਂਦੇ ਹਾਂ ਬਹੁਤ ਮਹਿੰਗੀਆਂ ਮਿਲਦੀਆਂ ਨੇ, ਨਵੀਂ ਤੋਂ ਵੀ ਮਹਿੰਗੀ ਮਿਲਦੀ ਹੈ, ਅਤੇ ਫਿਰ ਮੈਂ ਸੋਚਿਆ ਵੀ ਚੱਲ ਥੋੜ੍ਹਾ ਟਾਈਮ ਉੱਟ ਪਾਉਂਦੇ ਆਪਾਂ ਕੈਸ਼ ਹੀ ਚੱਕ ਲੈਂਦੇ ਹਾਂ। ਤੁਸੀਂ ਨਵੀਂ ਗੱਡੀ ਬੁੱਕ ਕਰਾ ਰੱਖੀ ਹੁਣ? ਮੈਂ ਕਰਾਈ ਸੀ, ਮੈਂ ਤੈਨੂੰ ਸੱਚੀ ਦੱਸਾਂ ਮੈਂ ਕਰਾ ਆਇਆ ਸਾਂ, ਅਗਲੇ ਦਿਨ ਹੀ ਆ ਕੇ ਮੈਂ ਕੈਂਸਲ ਕਰਾ ਦਿੱਤੀ ਸੀ, ਕਿਉਂਕਿ ਆਹ ਗੱਡੀ ਮਿਲ ਗਈ ਸੀ। ਹਾਂ, ਆਹ ਗੱਡੀ ਮੈਨੂੰ ਮਿਲ ਗਈ ਸੀ, ਅਤੇ ਫਿਰ ਮੈਂ ਅਗਲੇ ਦਿਨ ਹੀ ਕੈਂਸਲ ਕਰਾ ਦਿੱਤੀ ਸੀ, ਮੈਂ ਨਵੀਂ ਕਰਾ ਆਇਆ ਸਾਂ ਬੁੱਕ, ਪਰ
मैं कराते ही कैंसिल अगले दिन ही। तो भाई अगर आपको कोई कैश गाड़ी अच्छी गाड़ी साफ मिल जाए ना, साफ गाड़ी लभनी बहुत जरूरी है, बहुत जरूरी, गाड़ी चेक करे तो साफ गाड़ी लो, तो फिर तेनों नहीं लोड़ तुझे उबर उबर नहीं करनी है ना, तुझे कोई नहीं करने दूजे काम ते, फिर तुहानू आ गड्डी बहुत वधिया काम ते आन जान लई ते। गल सारी प्रायोरिटी दी है, जिवें हुण तुसीं काम की करदे ओदे ते डिपेंड है, जिवें असीं दोवें सिक्योरिटी करदे आ, सानू नवीं गड्डी दी वैसे सच दसिए लोड़ ही नहीं गी। हुण जिन्ने उबर वगैरह करनी है ना, जिन्ने गड्डी तों पैसे बनाने ने ਉਹ ਲੈ ਸਕਦਾ ਅੱਗੇ, ਜਿਵੇਂ ਹੁਣ ਨਵਾਂ ਰੂਲ ਵੀ ਕੱਢਤਾ ਵੀ 15 ਤਰੀਕ ਤੋਂ ਨਾ ਫੁੱਲ ਟਾਈਮ ਕਰ ਸਕਨੇ ਆ, ਨਵੀਂ ਗੱਡੀ ਚੱਕੋ ਤੇ ਜਿੰਨੀ ਮਰਜ਼ੀ ਉਬਰ ਕਰੀ ਜਾਓ, ਹੈ ਕਿ ਨਹੀਂ? ਸਹੀ ਗੱਲ, ਪਰ ਗੱਲ ਵੀ ਨਵੀਂ ਗੱਡੀ ਮਿਲਦੀ ਨਹੀਂ ਪਈ ਆ ਇਸ ਟਾਈਮ, ਜਿਹੜੀ ਮਰਜ਼ੀ ਉਹਨੇ ਬੁੱਕ ਕਰ ਦੋ, ਈਵਨ ਕਿ ਜਿਹੜੀ ਇਲਾਂਟਰ ਆ ਇਹ ਜਿਹਦੀ ਜਿਹੜੀ 0% ਤੇ ਮਿਲਦੀ ਸੀ ਐਟ ਏ ਟਾਈਮ ਮਿਲ ਜਾਂਦੀ ਸੀ 10-15 ਦਿਨਾਂ ਦੇ ਵਿੱਚ ਵਿੱਚ, ਉਹਦੀ ਵੀ ਇਸ ਟਾਈਮ 5 ਮਹੀਨੇ ਦੀ ਬੁਕਿੰਗ ਹੈ ਇਲਾਂਟਰ ਆ ਕੇ। ਹਾਂਜੀ ਹਾਂਜੀ, ਅਤੇ ਫਿਰ ਤਾਂ ਕਰਕੇ ਕੋਈ ਫਾਇਦਾ ਹੀ ਨਹੀਂ, ਤਾਂ ਕਰਕੇ ਫਿਰ ਆਪਾਂ ਤਾਂ ਕੈਸ਼ ਹੀ ਚੱਕ ਲਈ। ਬਾਕੀ ਮੇਰੀ ਸਲਾਹ ਸਾਰੇ ਸਟੂਡੈਂਟਸ ਨੂੰ ਆਹੀ ਹੈ, ਗੱਡੀ ਨਵੀਂ ਲਓ ਜੇ ਲੈਣੀ ਹੈ ਵਧੀਆ, ਯੂਸਡ ਗੱਡੀ ਇਸ ਟਾਈਮ ਲੈਣ ਦਾ ਕੋਈ ਫਾਇਦਾ ਨਹੀਂ ਗਾ, ਤੁਸੀਂ ਉਹੀ ਸੇਮ ਪੈਸਿਆਂ 'ਚ ਲੱਖ ਚੱਲੀ ਗੱਡੀ ਲੈ ਰਹੇ ਹੋ, ਜਿਹਦਾ ਤੁਹਾਨੂੰ ਬਾਅਦ 'ਚ ਡੈਪਰੇਸ਼ਨ ਬਹੁਤ ਜ਼ਿਆਦਾ ਪਊਗਾ ਅਤੇ ਇੰਟਰਸਟ ਵੀ ਬਹੁਤ ਜ਼ਿਆਦਾ ਲੱਗੂ ਉਹਦੇ 'ਤੇ, ਹੈ ਨਾ? ਅਤੇ ਮੇਰੀ ਆਹੀ ਸਲਾਹ ਹੈ, ਗੱਡੀ ਲਓ ਜਾਂ ਤਾਂ ਕੈਸ਼ 'ਤੇ, ਜੇ ਕੈਸ਼ ਗੱਡੀ ਲੈਣੀ ਹੈ ਨਾ ਟੋਇਟਾ ਜਾਂ ਹੁੰਡਾ, ਆਹ ਦੋ ਬ੍ਰੈਂਡ ਸਭ ਤੋਂ ਬੈਸਟ ਨੇ, ਸਭ ਤੋਂ ਘੱਟ ਇਹ ਗੱਡੀ ਦਿੱਕਤ ਆਉਂਦੀ ਹੈ, ਜਿਵੇਂ ਕੈਮਰੀ ਹੋ ਗਈ, ਕਰੋਲਾ ਹੋ ਗਈ, ਹੈ ਨਾ, ਹੁੰਡਾ ਦੀ ਜਿਵੇਂ ਬਾਈ ਕਹਿ ਰਿਹਾ ਅਕੋਰਡ ਅਕੋਰਡ ਦੇਖੀ ਸੀ ਮੈਂ, ਅਕੋਰਡ ਹੋ ਗਈ, ਸਿਵਿਕ ਹੋ ਗਈ, ਆਹ 4 ਗੱਡੀਆਂ ਸਭ ਤੋਂ ਬੈਸਟ ਨੇ। ਜੱਟਾਂ ਦਾ ਨਾਂ ਲਿਓ, ਮੇਰੇ ਕੋਲ ਤਾਂ ਹੁਣ ਵੀ ਹੈਗੀ ਅਤੇ ਹੁਣੇ ਪੈਸੇ ਲਵਾਉਂਦੀ ਹੈ ਮੇਰੇ ਤਾਂ, ਹੈ ਨਾ, ਅਤੇ ਜੱਟਾਂ ਜਰਮਨ ਗੱਡੀ ਹੈ, ਉਹਦਾ ਚਲਾਉਣ ਦਾ ਮਜ਼ਾ ਅਤੇ ਉਹਦੇ ਖਰਚੇ ਵੀ ਬਹੁਤ ਨੇ, ਫਿਰ ਸਿੱਧੀ ਜੀ ਗੱਲ ਹੈ। ਨਹੀਂ, ਗੱਲ ਇੱਕ ਇਹ ਵੀ ਹੈ ਨਾ, ਗੱਲ ਪ੍ਰਾਇਓਰਟੀ ਦੀ, ਹੁਣ ਜੇ ਤੁਸੀਂ ਤੁਹਾਨੂੰ ਸ਼ੌਂਕ ਹੈ ਯਾਰ, ਸ਼ੌਂਕ ਜਿਹੜੀ ਚੀਜ਼ ਦਾ ਨਾ, ਉਹਦੇ 'ਚ ਆਪਾਂ ਤੁਸੀਂ ਹੁਣ ਸਾਡੀ ਵੀਡੀਓ ਵੇਖ ਕੇ ਨਾ ਅਸੀਂ ਕਹਿ ਦਈਏ ਵੀ ਆਹ ਲਵੋ ਉਹ ਲਵੋ, ਇਹਦਾ ਕੋਈ ਫਾਇਦਾ ਨਹੀਂ। ਜੇ ਤੁਹਾਨੂੰ ਸ਼ੌਂਕ ਹੈ ਜਿਹੜੀ ਚੀਜ਼ ਦਾ ਨਾ, ਉਹ ਗੱਡੀ ਚੱਕੋ ਆਪਣਾ, ਜੇ ਤੁਹਾਡੀ ਜੇਬ ਭਾਰ ਚੱਲਦੀ ਹੈ ਬਿਲਕੁਲ ਬਿਲਕੁਲ ਲਵੋ, ਜਿਹੜੀ ਮਰਜ਼ੀ ਲਵੋ, ਭਾਵੇਂ ਮਸਟੈਂਗ ਲਿਆਓ, ਭਾਵੇਂ ਚੈਲੇਂਜਰ ਲਿਆਓ, ਸਹੀ ਗੱਲ, ਜੈਟਾ ਲਿਆਓ। ਮੇਰੀ ਸਲਾਹ ਸਿਰਫ ਉਹਨਾਂ ਲਈ ਸੀ ਜਿਨ੍ਹਾਂ ਨੇ ਕੰਮ ਹੀ ਕਰਨਾ, ਜਿਵੇਂ ਜੇ ਤੁਸੀਂ ਕੰਮ ਉੱਪਰ ਕਰਨੇ, ਕੰਮ ਤੇ ਆਉਣਾ ਜਾਣਾ, ਲੰਬੇ ਰੂਟ ਕਰਨੇ, ਕੰਮ ਕਰਨਾ ਹਾਂ, ਫਿਰ ਤੇ ਆਪਣਾ ਗੱਡੀ ਆਪਣਾ ਟੋਇਟਾ ਹੁੰਦਾ, ਬਸ ਟੋਇਟਾ ਉਹ ਦੋ ਘੜੇ ਤੁਹਾਡੇ ਲਈ ਸਭ ਤੋਂ ਬੈਸਟ ਰਹਿਣਗੀਆਂ। ਅਤੇ ਅੱਜ ਦੀ ਵੀਡੀਓ 'ਚ ਆਈ ਸੀਗਾ, ਤੁਹਾਨੂੰ ਥੋੜ੍ਹਾ ਜਿਹਾ ਗਾਈਡ ਕਰਦੀ ਹੈ ਗੱਡੀ ਬਾਰੇ, ਹੈ ਨਾ, ਜੇ ਕੈਸ਼ ਲੈਣੀ ਗੱਡੀ ਦੇਖ ਕੇ ਲਓ, ਸਾਫ਼ ਲਓ, ਟੋਇਟਾ ਜਾਂ ਹੁੰਡਾ 'ਚ ਲਓ, ਉਹ ਤੁਹਾਨੂੰ ਜ਼ਿਆਦਾ ਬੈਟਰ ਰਹੂਗੀ। ਅਤੇ ਜੇ ਨਵੀਂ ਲੈਣੀ ਹੈ ਫਿਰ ਤੁਸੀਂ ਬੁਕਿੰਗ ਕਰਾ ਦਿਉ, ਹੁਣ 15 ਨਵੰਬਰ ਤੋਂ ਕੰਮ ਵੀ ਪੂਰਾ ਖੁੱਲ੍ਹ ਰਿਹਾ, ਅਤੇ ਉਬਰ ਉਬਰ ਕਰੋ ਫੁੱਲ ਟਾਈਮ, ਉਹ 'ਚ ਵਧੀਆ ਪੈਸੇ ਬਣਦੇ ਆ, ਉਸ 'ਤੇ ਵੀਡੀਓ ਆਪਾਂ ਲੈ ਕੇ ਆਵਾਂਗੇ। ਅਤੇ ਅੱਜ ਦੀ ਵੀਡੀਓ ਲਈ ਇੰਨਾ ਹੀ ਸੀਗਾ, ਮਿਲਦੇ ਹਾਂ ਅਗਲੀ ਵੀਡੀਓ 'ਚ। ਚੈਨਲ 'ਤੇ ਨਵੇਂ ਹੋ ਤਾਂ ਜ਼ਰੂਰ ਕਰ ਦਿਉ ਸਬਸਕ੍ਰਾਈਬ, ਅਤੇ ਵੀਡੀਓ ਕਰ ਦਿਉ ਸ਼ੇਅਰ ਆਪਣੇ ਸਾਰੇ ਦੋਸਤਾਂ ਨਾਲ, ਤਾਂ ਕਿ ਸਾਰਿਆਂ ਨੂੰ ਪੂਰੀ ਨੌਲੇਜ ਮਿਲ ਜੇ ਵੀ ਗੱਡੀ ਕਿਹੜੀ ਲੈਣੀ ਅਤੇ ਕਿਵੇਂ ਲੈਣੀ ਹੈ। ਸਤਿ ਸ਼੍ਰੀ ਅਕਾਲ।